ਹਯਾਤੀ ਦਾ ਸੂਰਜ ਪੂਰਬ ਤੋਂ ਦੂਰ ਪੱਛਮ ਦੀ ਸਰਦਲ ਦੇ ਨੇੜ ਖੜਾ ਹੈ। ਹੁਣ ਮੈਂ ਮੌਤ ਨੂੰ ਖੁਸ਼ਾਮਦੀਦ ਅਤੇ ਜ਼ਿੰਦਗੀ ਨੂੰ ਅਲਵਿਦਾ ਕਹਾਂਗਾ। ਅੱਖਰਾਂ ਦੇ ਬਲਦੇ ਚਿਰਾਗ ਆਪਣੀ ਮੁਹੱਬਤ ਦੇ ਸਦਾ ਬਹਾਰ ਗੁਲਾਬ, ਜ਼ਿੰਦਗੀ ਦੇ ਸਵਾਲਾਂ ਦੇ ਜਵਾਬ, ਜਜ਼ਬਾਤਾਂ ਦੀ ਤਰਜਮਾਨ ਇੱਕ ਚਾਨਣ ਦੀ ਕਿਤਾਬ, ਹਰ ਦਹਿਲੀਜ਼ 'ਤੇ ਧਰਾਂਗਾ, ਆਪਣਾ ਕਰਜ਼ ਪੂਰਾ ਕਰਾਂਗਾ। ਪੰਜਾਬੀ ਦੇ ਮਹਾਨ ਕਵੀ, ਨਾਵਲਕਾਰ ਅਤੇ ਪੰਜਾਬੀ ਟ੍ਰਿਬਿਊਨ ਵਰਗੇ ਅਦਬੀ ਅਖਬਾਰ ਦੇ ਸੰਜੀਦਾ ਪੱਤਰਕਾਰ ਜਨਾਬ ਪਰਵਾਨਾ ਕੁੜੈਣ ਨੇ ਹਮੇਸ਼ਾ ਵਕਤ ਦੀ ਦੁੱਖ ਦੀ ਰਗ 'ਤੇ ਹੱਥ ਧਰਦਿਆਂ ਹੋਇਆਂ ਕਾਵਿ ਰਚਨਾਵਾਂ, ਨਾਵਲ ਅਤੇ ਪੱਤਰਕਾਰੀ ਕੀਤੀ। ਸੂਰਜ ਉਦਾਸ ਹੈ ਹੂਕ ਗੂੰਗੇ ਦਰਦ ਦੀ ਵਰਗੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਤੋਂ ਪਿੱਛੋਂ ਆਪਣੇ ਪਲੇਠੇ ਨਾਵਲ ਸਿਦਕ ਜਿੰਨਾ ਦੇ ਸਾਦਿਕ ਅਤੇ ਆਪਣੇ ਆਖਰੀ ਨਾਵਲ ਖੰਡਰਾਂ ਦਾ ਵਿਰਲਾਪ ਰਾਹੀਂ ਆਪਣਾ ਸੁਲਝੇ ਹੋਏ ਸਾਹਿਤਕਾਰ ਦਾ ਫਰਜ਼ ਨਹਾਇਤ ਜ਼ਿੰਮੇਵਾਰੀ ਨਾਲ ਨਿਭਾਇਆ। ਭਾਵੇਂ ਉਹਨਾਂ ਕਿਹਾ ਸੀ ਸਹੁੰ ਤੇਰੀ ਮੈਂ ਆਵਾਂਗਾ, ਪਰ ਸੱਚ ਜਾਣਿਓ ਅਸੀਂ ਉਹਨਾਂ ਨੂੰ ਕਿਤੇ ਦੂਰ ਜਾਣ ਹੀ ਨਹੀਂ ਦੇਣਾ, ਹਮੇਸ਼ਾ ਆਪਣੇ ਅੰਗ ਸੰਗ ਮਹਿਸੂਸ ਕਰਾਂਗੇ। ਹਾਂ, ਆਪਣੀ ਮਾਂ ਦੀ ਲੋਰੀ ਦੇ ਚੇਤੇ ਨਾਲ ਅੱਧੀ ਰਾਤੀ ਜਾਗੇ ਆਪਣੇ ਦਰਦ ਸਲਾਉਣ ਵਾਲਾ ਇਹ ਕਵੀ ਆਪਣੀ ਮੌਤ ਰਾਹੀਂ ਸਾਨੂੰ ਜਿਸ ਦਰਦ ਦੇ ਆਲਮ ਵਿੱਚ ਛੱਡ ਗਿਆ ਹੈ, ਉਸ ਵਿੱਚੋਂ ਬਾਹਰ ਆਉਣ ਲਈ ਅਸੀਂ ਉਸ ਦੀਆਂ ਰਚਨਾਵਾਂ ਨੂੰ ਹੀ ਵਾਰ ਵਾਰ ਪੜ੍ਹਦੇ ਸੁਣਦੇ ਰਹਾਂਗੇ। ਤੂੰ ਸਾਂਭੀ ਇਹਨਾਂ ਥਾਵਾਂ ਨੂੰ, ਅਸੀਂ ਦਰਦ ਹੰਢਾ ਕੇ ਤੁਰ ਜਾਣਾ। ਤੂੰ ਤੱਕੀ ਸੁੰਨੀਆਂ ਰਾਹਾਂ ਨੂੰ, ਅਸੀਂ ਵਾਟ ਮੁਕਾ ਕੇ ਤੁਰ ਜਾਣਾ। ਅਸੀਂ ਮੰਗਦੇ ਖੈਰ ਮੁਹੱਬਤ ਦੀ, ਤੇਰੇ ਦਾਮ ਠੁਕਰਾ ਕੇ ਤੁਰ ਜਾਣਾ। ਨੰਗੇ ਪਿੰਡੇ ਪਈਆਂ ਛਮਕਾਂ ਨੂੰ ਖੁਦ ਅੰਦਰ ਛੁਪਾ ਕੇ ਤੁਰ ਜਾਣਾ। ਤੂੰ ਬਾਲੀ ਦੀਵੇ ਕਬਰਾਂ 'ਤੇ ਆਪਣਾ ਆਪ ਬੁਝਾ ਕੇ ਤੁਰ ਜਾਣਾ। ਸਾਡੇ ਸ਼ਾਇਰ ਜਸਵੀਰ ਸਿੰਘ ਵੱਲੋਂ ਪਰਵਾਨਾ ਸਾਹਿਬ ਨਾਲ ਕੀਤੀ ਹੋਈ ਮੁਲਾਕਾਤ ਦੇ ਕੁਝ ਅੰਸ਼ ਪੇਸ਼ ਹਨ, ਜੋ ਕਿ ਉਹਨਾਂ ਨਾਲ ਕੀਤੀ ਸਾਡੀ ਆਖਰੀ ਮੁਲਾਕਾਤ ਹੋ ਨਿਬੜੀ। ਲਫ਼ਜ਼ਾਂ ਦੀ ਦੁਨੀਆ ਚੈਨਲ 'ਤੇ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਮੈਂ ਜਸਵੀਰ ਸਿੰਘ। ਦੋਸਤੋ, ਅੱਜ ਅਸੀਂ ਮੁਲਾਕਾਤ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੁੜੈਣ ਵਿੱਚ ਆਏ ਹਾਂ, ਜਿੱਥੋਂ ਦੇ ਪਰਵਾਨਾ ਪੁੜੈਣ ਜੀ ਇੱਕ ਕਵੀ, ਨਾਵਲਕਾਰ ਅਤੇ ਉਸਦੇ ਨਾਲ ਨਾਲ ਪੱਤਰ ਪ੍ਰੇਰਕ ਵੀ ਰਹੇ ਨੇ। ਆਓ ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਵਾਨਾ ਸਾਹਿਬ। ਮੈਂ ਜਾਣਨਾ ਚਾਹਾਂਗਾ ਕਿ ਤੁਹਾਡਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਤੁਹਾਡੇ ਮਾਤਾ ਪਿਤਾ ਬਾਰੇ। ਮੇਰਾ ਕਿਸਾਨੀ ਪਰਿਵਾਰ ਦੇ ਵਿੱਚ ਮਾਤਾ ਨਿਹਾਲ ਕੌਰ ਅਤੇ ਪਿਤਾ ਸਰਾਸ਼ਰ ਸਿੰਘ ਬਾਸੀ ਦੇ ਘਰ ਹੋਇਆ। ਤੁਸੀਂ ਕਿਸਾਨੀ 'ਚੋਂ ਨਿਕਲ ਕੇ ਸਾਹਿਤਕਾਰੀ ਵੱਲ ਨੂੰ ਆਏ ਹੋ, ਇਹ ਕਿਸਾਨੀ ਅਤੇ ਸਾਹਿਤ ਆਪਸ ਵਿੱਚ ਕਿੰਨੇ ਕੁ ਤੁਹਾਨੂੰ ਇੱਕ ਸਮਾਨ ਤੌਰ 'ਤੇ ਲੱਗਦੇ ਨੇ ਜਾਂ ਇਹਨਾਂ ਦਾ ਰਾਹ ਵੱਖੋ ਵੱਖਰਾ ਆ? ਕਿਸਾਨੀ ਵੀ ਕਿਰਤਾ ਜੀ, ਸਾਹਿਤ ਵੀ ਕਿਰਤਾ ਜੀ। ਸਾਹਿਤ ਆਤਮਾ ਨਾਲ ਮਿਲੀ ਹੋਈ ਹੈ, ਕਿਸਾਨੀ ਜਿਹੜਾ ਹੱਥ ਨਾਲ ਜ਼ਿਆਦਾ ਕਰਨਾ ਪੈਂਦਾ, ਦਿਮਾਗ ਲਾਉਣਾ ਪੈਂਦਾ, ਦੋਨੋਂ ਚੀਜ਼ਾਂ ਵਰਤਣੀਆਂ ਪੈਂਦੀਆਂ। ਅਤੇ
ਨਿੱਜੀ ਜ਼ਿੰਦਗੀ ਬਾਰੇ ਵੀ ਪੁੱਛਾਂ ਤਾਂ ਤੁਸੀਂ ਆਪਣੀ ਪੜ੍ਹਾਈ ਬਾਰੇ, ਪੜ੍ਹਾਈ ਦੇ ਦਿਨਾਂ ਬਾਰੇ, ਅਤੇ ਉਦੋਂ ਤੁਹਾਡੀ ਕੋਈ ਯਾਦ ਹੋਵੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ। ਮੇਰੀ ਪੜ੍ਹਾਈ ਇੱਦਾਂ ਸੀ, ਮੈਂ ਗਰੀਬ ਘਰਾਣੇ ਵਿੱਚ ਪੈਦਾ ਹੋਇਆ ਸੀ, ਗਰੀਬ ਕਿਸਾਨ ਦੇ ਘਰ। ਮੇਰੇ ਪਿਤਾ ਜੀ ਲੈਲਪੁਰ ਵਿੱਚੋਂ ਆਏ ਸੀ ਅਤੇ ਉਹ ਥੋੜ੍ਹੇ ਨਸ਼ੇ ਵਿੱਚ ਪੈ ਗਏ ਸੀ ਅਤੇ ਇਸ ਕਰਕੇ ਘਰ ਵਿੱਚ ਗਰੀਬੀ ਪੈਦਾ ਹੋ ਗਈ। ਉਦੋਂ ਜ਼ਮੀਨਾਂ ਜਾਂਦੀਆਂ ਨਹੀਂ ਸੀ, ਪੈਦਾਵਾਰ ਘੱਟ ਹੁੰਦੀ ਸੀ ਅਤੇ ਇਸ ਲਈ ਮੇਰੀ ਪੜ੍ਹਾਈ ਜ਼ਿਆਦਾ ਸਾਰ ਫੀਸ ਮਾਫੀ ਨਾਲ ਹੋਈ ਹੈ। ਕਿਤਾਬਾਂ ਮੈਂ ਮੰਗ ਕੇ ਪੜ੍ਹਦਾ ਹੁੰਦਾ ਸੀ, ਚੰਗੇ ਜਿਹੜੇ ਅਮੀਰ ਵਿਦਿਆਰਥੀ ਸੀ ਉਹਨਾਂ ਵਿੱਚੋਂ ਮੇਰੇ ਕਲਾਸ ਫੈਲੋ, ਅਤੇ ਜਦੋਂ ਅੱਧੀ ਛੁੱਟੀ ਹੁੰਦੀ ਸੀ ਪੜ੍ਹਨ ਵੇਲੇ ਅਤੇ ਉਹਨਾਂ ਤੋਂ ਉਹ ਖੇਡਣ ਚਲੇ ਜਾਂਦੇ ਸੀ, ਮੈਂ ਉਹਨਾਂ ਤੋਂ ਕਿਤਾਬ ਲੈ ਕੇ ਪੜ੍ਹ ਲੈਂਦਾ ਸੀ। ਇਸ ਲਈ ਮੈਂ ਟੌਪ 'ਤੇ ਰਿਹਾ, ਚੰਗਾ ਹੀ ਰਿਹਾ। ਅਤੇ ਰੋਨਾ ਸਾਹਿਬ, ਤੁਸੀਂ ਸਾਹਿਤ ਨਾਲ ਜੁੜੇ, ਕਿਉਂਕਿ ਸਾਹਿਤ ਉਹ ਦਰਿਆ ਆ ਜਿਹਦੇ ਵਿੱਚ ਪੈਰ ਰੱਖੋ ਤਾਂ ਕਾਫੀ ਦੂਰ ਤੱਕ ਬੰਦਾ ਆਪ ਵਹਿ ਜਾਂਦਾ। ਤੁਹਾਨੂੰ ਸਾਹਿਤ ਨਾਲ ਲਗਾ ਕਿਵੇਂ ਹੋਇਆ, ਤੁਸੀਂ ਕਿਵੇਂ ਜੁੜੇ ਸਾਹਿਤ ਨਾਲ? ਸਾਹਿਤ ਨਾਲ ਜੁੜਨਾ ਸੁਭਾਵਿਕ ਸੀ। ਮੈਂ ਜਦੋਂ ਸਕੂਲ 'ਚ ਪੜ੍ਹਦਾ ਸੀ ਹਾਂਜੀ, ਅਤੇ ਉਦੋਂ ਜਿਹੜੇ ਵਿਦਿਆਰਥੀ ਸੀ ਮੇਰੇ ਨਾਲ ਦੇ, ਚੰਗੇ ਚੰਗੇ ਕੱਪੜੇ ਪਾਉਂਦੇ ਸੀ, ਚੰਗੇ ਚੰਗੇ। ਮੈਂ ਪਜਾਮਾ ਨੌਵੀਂ ਜਮਾਤ ਵਿੱਚ ਜਾ ਕੇ ਪਾਇਆ, ਨਿੱਕਰ ਨਾਲ ਜਾਂਦਾ ਹੁੰਦਾ ਸੀ, ਕਈ ਵਾਰ ਨੰਗੇ ਪੈਰਾਂ ਦਾ ਸਫ਼ਰ ਵੀ ਮੇਰਾ ਹੈਗਾ ਕਰਦਾ ਹੁੰਦਾ ਸੀ। ਅਤੇ ਉਹ ਚੀਜ਼ ਦਾ ਅਸਰ ਮੇਰੇ 'ਤੇ ਬਹੁਤ ਜ਼ਿਆਦਾ ਸੀਗਾ। ਅਤੇ ਉਸ ਤੋਂ ਬਾਅਦ ਮੈਂ ਦਸਵੀਂ ਕਰਨ ਤੋਂ ਬਾਅਦ ਅਤੇ ਫਿਰ ਗਿਆਨੀ ਕੀਤੀ। ਗਿਆਨੀ ਕਰਨ ਤੋਂ ਬਾਅਦ 20 ਸਾਲ ਦੀ ਉਮਰ ਵਿੱਚ ਮੈਂ ਘਰੋਂ ਨਿਕਲ ਗਿਆ। 20 ਸਾਲ ਦੀ ਉਮਰ ਵਿੱਚ ਘਰੋਂ ਨਿਕਲਿਆ, ਮਾੜੀਆਂ ਮੋਟੀਆਂ 2 ਸਾਲ ਟੱਕਰਾਂ ਮਾਰਦਾ ਰਿਹਾ। ਮੈਂ ਆਡਿਟ ਵਿੱਚ ਹੋ ਗਿਆ ਸੰਗਰੂਰ ਵਿਖੇ, ਜਿਹਨੂੰ ਹਿਸਾਬ ਕਿਤਾਬ ਆਡਿਟ ਕਹਿੰਦੇ ਆ। ਉਹਨਾਂ ਨੇ ਮੈਨੂੰ ਡੀਟਰ ਰੱਖ ਲਿਆ। ਉਦੋਂ ਪੜ੍ਹੇ ਲਿਖੇ ਬਹੁਤ ਘੱਟ ਸੀ ਅਤੇ ਉਸ ਤੋਂ ਬਾਅਦ 2 ਸਾਲ ਉੱਥੇ ਰਹੇ, ਸੁਨਾਮ ਵੀ ਰਿਹਾ, ਸੰਗਰੂਰ ਵੀ ਰਿਹਾ, ਵੱਖ ਵੱਖ ਥਾਵਾਂ 'ਤੇ ਮੈਨੂੰ ਲਿਆਉਂਦੇ ਰਹੇ। ਉਸ ਤੋਂ ਬਾਅਦ ਰਾਜਪੁਰੇ ਕੋਈ ਜਗ੍ਹਾ ਨਿਕਲੀ ਟ੍ਰਿਬਿਊਨ ਦੇ ਅਖਬਾਰ ਦੀ ਮੈਗਜ਼ੀਨ ਉਹ ਨਿਕਲਦਾ ਸੀ ਉੱਥੋਂ ਭੂਦਾਨ ਨਾਂ ਦਾ, ਅਤੇ ਉਹਦੇ ਵਿੱਚ ਇੰਟਰਵਿਊ ਰੱਖੀ ਅਤੇ ਮੈਂ ਵੀ ਚਲਾ ਗਿਆ। ਮੈਨੂੰ ਉਹਨਾਂ ਨੇ ਲੈ ਲਿਆ ਇੰਟਰਵਿਊ ਵਿੱਚ, ਅਤੇ ਪ੍ਰੋਫੈਸਰ ਵੀ ਸੀਗੇ ਇੰਟਰਵਿਊ ਵਿੱਚ, ਵੇਲੇ ਹੋਰ ਵੀ ਸੀਗੇ। ਅਤੇ ਲੇਕਿਨ ਮੇਰੇ ਨਾਲ ਇੰਨੇ ਪ੍ਰਭਾਵਿਤ ਹੋਏ ਕਮੇਟੀ ਵਾਲੇ, ਕਹਿੰਦੇ ਇਹਨੂੰ ਰੱਖਣਾ। ਅਤੇ ਹੋਰਾਂ ਦੀਆਂ ਮੰਗਾਂ ਸੀ, ਤਨਖਾਹ ਵੱਧ, ਮੈਂ ਕਿਹਾ ਜਿੰਨੀ ਮਰਜ਼ੀ ਦੇ ਦਿਓ, ਅਤੇ ਮੈਨੂੰ ਸ਼ੌਕ ਆ ਇਸ ਗੱਲ ਦਾ। ਅਤੇ 3 ਸਾਲ ਮੈਂ ਐਡੀਟਰੀ ਕੀਤੀ ਉਸ ਪੇਪਰ ਪਰਚੇ ਦੀ, ਉਹਦਾ ਨਾਂ ਬਦਲ ਕੇ ਭੂਦਾਨ ਤੋਂ ਸਰੋਹ ਦੇ ਸੰਸਾਰ ਮੈਂ ਰੱਖ ਲਿਆ। ਅਤੇ ਉੱਥੇ ਰੂਰਲ ਇੰਸਟੀਚਿਊਟ ਬਣਿਆ ਸੀ, ਆ ਨਾਵਲ ਸਾਰਾ ਉਸ ਘਟਨਾਵਾਂ ਨਾਲ, ਖੰਡਰਾਂ ਦਾ ਬਰਲਾਪ ਉਹਦੇ ਨਾਲ ਜੁੜਿਆ ਹੋਇਆ। ਉਹ ਜਿੰਨੇ ਪਾਤਰ ਉਹ ਵੀ ਉੱਥੇ ਉਸ ਵੇਲੇ ਹਾਜ਼ਰ ਸੀਗੇ।
ਤੇ ਫਿਰ ਸਕੂਲ ਨਈ ਤਵੀਨ ਦਾ ਸਕੂਲ ਖੋਲ੍ਹਿਆ ਸੀ ਅਤੇ ਮੈਂ ਹੌਲੀ ਹੌਲੀ ਬੀ ਏ ਕਰ ਗਿਆ। ਪ੍ਰੋਫੈਸਰ ਹਰਬੰਸ ਸਿੰਘ ਸੀਗਾ, ਇੰਗਲਿਸ਼ ਦਾ ਪ੍ਰੋਫੈਸਰ, ਉਹ ਮੇਰਾ ਦੋਸਤ ਬਣ ਗਿਆ। ਅਤੇ ਜਗਜੀਤ ਸਿੰਘ ਅੰਮ੍ਰਿਤਸਰ ਤੋਂ, ਉਹ ਮੇਰਾ ਦੋਸਤ ਪ੍ਰੋਫੈਸਰ। ਅਤੇ ਰੂਰਲ ਇੰਸਟੀਚਿਊਟ ਸੀ, ਜਸਵੀਰ ਭੁੱਲਰ ਵੀ ਉੱਥੇ ਪੜ੍ਹਿਆ ਅਤੇ ਉਹਨਾਂ ਨੇ ਮੈਨੂੰ ਬੜਾ ਮਦਦ ਕੀਤੀ ਅਤੇ ਫੀਸ ਫੂਸ ਵੀ ਕਈ ਵਾਰੀ ਦਿੰਦੇ ਆ। ਉਹ ਚਾਹ ਚੂਹ ਪੀਣ ਜਾਂਦੇ ਸੀ, ਉਹ ਮੈਨੂੰ ਖਰਚ ਨਹੀਂ ਕਰਨ ਦਿੰਦੇ, ਉਹਨਾਂ ਦੇ ਬਹੁਤ, ਮੈਂ ਉਹਨਾਂ ਨੂੰ ਭੁੱਲ ਨਹੀਂ ਸਕਦਾ। ਅਤੇ ਉੱਥੇ ਬੀ ਏ ਕਰਨ ਤੋਂ ਬਾਅਦ ਮੈਨੂੰ ਨਈ ਤਲੀਮ ਦਾ ਇੰਚਾਰਜ ਲਾ ਦਿੱਤਾ। ਨਈ ਤਲੀਮ ਦਾ ਅੱਠਵੀਂ ਜਮਾਤ ਵਿੱਚ ਸੀਗਾ, ਅੱਠਵੀਂ ਜਮਾਤ। ਉਦੋਂ ਬਾਅਦ ਮੈਂ ਕਾਫੀ ਲੜਾਈ ਲੜੀ ਉੱਥੇ, ਇਹ ਨਾਵਲ ਦੇ ਵਿੱਚ ਸਾਰੀਆਂ ਘਟਨਾਵਾਂ ਆਈਆਂ ਹੋਈਆਂ, ਉਹ ਗੱਲਾਂ ਸੱਚੀਆਂ ਸੀ। ਉਹਨਾਂ ਨੇ ਮੈਨੂੰ ਬਹੁਤ ਪ੍ਰਭਾਵ ਕੀਤਾ ਸੀ। ਮੇਰੇ ਦਿਮਾਗ ਵਿੱਚ ਇਹ ਗੱਲ ਆਈ ਵੀ ਕਿਸੇ ਵੇਲੇ ਇਹ ਗੱਲ ਕਹਾਂਗਾ ਜਿਹੜੀ ਕਿਸੇ ਨੇ ਨਹੀਂ ਕਹੀ। ਉਦੋਂ ਸਾਰੇ ਕਾਂਗਰਸ ਦਾ ਰਾਜੋਸ ਸੀ, ਸਾਰੇ ਲੋਕ, ਗਾਂਧੀ ਬਾਦ ਦਾ ਭਾਰੂ ਸੀ ਉੱਥੇ, ਅਤੇ ਸਾਰੇ ਲੋਕ ਡਰਦੇ ਸੀ ਗੱਲ ਕਰਨ ਤੋਂ। ਮੈਂ ਆਪਣੇ ਅਖਬਾਰ ਦੇ ਵਿੱਚ ਬੈਲੈਂਸ ਰੱਖ ਕੇ ਥੋੜ੍ਹੀ ਜਿਹੀ ਆਪਣੀ ਗੱਲ ਕਹਿੰਦਾ ਰਿਹਾ ਅਤੇ ਫਿਰ ਉਹਨਾਂ ਨੂੰ ਸ਼ੱਕ ਪੈ ਗਈ। ਉਹ ਕਹਿੰਦੇ ਵੀ ਹਿੰਦੀ ਵਿੱਚ ਨਾਲ ਹੈਡਿੰਗ ਦਿਆ ਕਰੋ ਪਰਚੇ 'ਚ, ਮੈਂ ਜਿਹੜੀ ਕੰਮ ਦੀ ਗੱਲ ਹੋਣੀ ਉਹ ਪੰਜਾਬੀ 'ਚ ਲਿਖ ਦੇਣੀ, ਜਿਹੜੀ ਦੂਜੀ ਹੋਣੀ ਹਿੰਦੀ ਵਿੱਚ ਲਿਖ ਦੇਣੀ। ਇਸ ਤਰ੍ਹਾਂ ਮੈਂ ਆਪਦੀ ਗੱਲ ਕਹਿੰਦਾ ਰਿਹਾ ਅਤੇ ਉੱਥੇ ਜਸਵੀਰ ਭੁੱਲਰ ਮੇਰਾ ਦੋਸਤ ਬਣ ਗਿਆ। ਮੇਰੇ ਕੋਲ ਜਿੰਨੇ ਸਾਹਿਤ ਮਾਸਾ ਵਾਲੇ ਬੰਦੇ ਸੀ, ਮੇਰੇ ਕੋਲ ਸਟੂਡੈਂਟ ਆ ਜਾਂਦੇ ਸੀ ਸ਼ਾਮ ਨੂੰ ਅਤੇ ਅਸੀਂ ਬੈਠੇ ਰਹਿੰਦੇ ਸੀ। ਇਹ ਨਾਵਲ ਉੱਥੋਂ ਪ੍ਰਭਾਵਿਤ ਹੋ ਕੇ ਲਿਖਿਆ ਹੋਇਆ ਸਾਰਾ, ਸੱਚੀ ਘਟਨਾ। ਦੋਸਤੋ, ਪਰਵਾਨਾ ਪੜੈਨ ਜੀ ਦਾ ਨਵਾਂ ਨਾਵਲ ਖੰਡਾਂ ਦਾ ਵਿਰਲਾਪ ਆਇਆ, ਅਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਅਤੇ ਤੁਹਾਨੂੰ ਵੀ ਇਹ ਕਹਿੰਦੇ ਹਾਂ ਕਿ ਇਹ ਨਾਵਲ ਇੱਕ ਵਾਰੀ ਪੜ੍ਹਿਓ ਜ਼ਰੂਰ, ਕਿਉਂਕਿ ਸੱਚਾਈ ਨੂੰ ਬਿਆਨ ਕਰ ਰਿਹਾ ਹੈ। ਪਰਵਾਨਾ ਸਾਹਿਬ, ਸਾਹਿਤ ਨਾਲ ਜੁੜ ਕੇ ਹੁਣ ਕਿਹੋ ਜਿਹਾ ਮਹਿਸੂਸ ਹੋ ਰਿਹਾ? ਸਾਹਿਤ ਨਾਲ ਬੜ ਜੁੜ ਕੇ ਮੈਨੂੰ ਸਕੂਨ ਮਿਲਦਾ ਆਪਦੀ ਗੱਲ ਕਹਿ ਕੇ, ਪੜਾਸ ਕੱਢ ਕੇ ਜੀ, ਅਤੇ ਚੰਗਾ ਲੱਗ ਰਿਹਾ। ਅਤੇ ਤੁਸੀਂ ਕਿੰਨੇ ਸਾਲ ਪੱਤਰ ਪ੍ਰੇਰਕ ਰਹੇ ਹੋ ਅਤੇ ਹੁਣ ਕੀ ਕਰ ਰਹੇ ਹੋ ਅੱਜ ਕੱਲ੍ਹ? ਟ੍ਰਿਬਿਊਨ ਵਿੱਚ 21 ਸਾਲ ਤੋਂ ਮੈਂ ਪੱਤਰ ਪ੍ਰੇਰਕ ਹਾਂ ਜੀ, ਅਤੇ ਹੁਣ ਵੀ ਪੱਤਰ ਪ੍ਰੇਰਕ ਹਾਂ, ਹਾਲੇ ਟ੍ਰਿਬਿਊਨ ਨਾਲ ਜੁੜਿਆ ਹੋਇਆ। ਟ੍ਰਿਬਿਊਨ ਨੇ ਮੈਨੂੰ ਬਹੁਤ ਸਿਖਾਇਆ ਜੀ, ਟ੍ਰਿਬਿਊਨ ਤੋਂ ਮੈਂ ਪੱਤਰਕਾਰੀ ਅਸਲ ਵਿੱਚ ਟ੍ਰਿਬਿਊਨ ਤੋਂ ਸਿੱਖੀ ਆ, ਭਾਵੇਂ ਪਰਚਾ ਪੁਰਚਾ ਕੱਢਦਾ ਰਿਹਾ ਅਤੇ ਉਹਦੇ ਵਿੱਚ ਟੈਕਨੀਕਲ ਗੱਲਾਂ ਹੁੰਦੀਆਂ, ਕੁਛ ਕੁਛ ਅਖਬਾਰਾਂ ਦੀ ਪੋਲਸੀ ਹੁੰਦੀ ਆਪੋ ਵਿੱਚ ਹੀ, ਕੁਛ ਖਬਰ ਦਾ ਬੈਲੈਂਸ ਰੱਖਣਾ, ਛਾਂਟ ਕੇ ਛਾਂਟੀ ਬਾਂਟੀ ਕਰਨੀ ਖਬਰ ਵਿੱਚ, ਖਬਰ ਆਉਣੀ ਉਹਨੂੰ ਆਪਦੇ ਲਫ਼ਜ਼ਾਂ ਵਿੱਚ ਠੀਕ ਲਿਖਣਾ। ਅੱਛਾ, ਕਦੇ ਤੁਹਾਨੂੰ ਇਹੋ ਜਿਹੀ ਖਬਰ ਮਿਲੀ ਹੋਵੇ ਜਿਹਨੂੰ ਵੇਖ ਕੇ ਤੁਸੀਂ ਕਹਿੰਦੇ ਹੋ ਕਿ ਹੈਰਾਨੀ ਹੋਈ ਹੋਵੇ ਜਾਂ ਕਦੇ ਹਾਸਾ ਵੀ ਆਇਆ ਹੋਵੇ, ਕੋਈ ਇਹੋ ਜਿਹੀ ਖਬਰ ਯਾਦ ਹੋਵੇ ਤਾਂ? ਖਬਰਾਂ ਇਹੋ ਜਿਹੀਆਂ ਆਉਂਦੀਆਂ ਰਹਿੰਦੀਆਂ ਮੈਨੂੰ, ਇਹੋ ਜਿਹੀ ਖਬਰ ਹਾਸੇ ਵਾਲੀ ਤਾਂ ਕਈ ਗੰਭੀਰ ਖਬਰਾਂ ਆਉਂਦੀਆਂ ਜੀ, ਖਬਰ ਹਾਸੇ ਵਾਲੀ ਤਾਂ ਮੈਂ ਛਾਪਦਾ ਹੀ ਨਹੀਂ। ਹਾਂਜੀ, ਇਹ ਖਬਰਾਂ ਜਿਹੜੀਆਂ ਹੁੰਦੀਆਂ ਘਟਨਾਵਾਂ ਨਾਲ ਜੁੜੀਆਂ ਹੁੰਦੀਆਂ, ਅਲੱਗ ਵੱਖ ਵੱਖ ਸਮੱਸਿਆਵਾਂ ਨਾਲ ਜੁੜੀਆਂ ਹੁੰਦੀਆਂ, ਕਿਸੇ ਦੀ ਕੋਈ ਸਮੱਸਿਆ, ਕਿਸੇ ਦੀ ਕੋਈ ਸਮੱਸਿਆ, ਅਤੇ
ਹਾਲਾਤ ਮੁਤਾਬਕ ਜਿੰਨੀਆਂ ਘਟਨਾਵਾਂ ਵਾਪਰਦੀਆਂ ਉਹਦੇ ਨਾਲ ਨਾਲ ਚੱਲਣਾ ਪੈਂਦਾ। ਅਤੇ ਸਾਹਿਤ ਵਿੱਚ ਇਹ ਗੱਲ ਨਹੀਂ ਹੈ, ਸਾਹਿਤ ਵਿੱਚ ਨਿਸ਼ਚਿਤ ਤੋਂ ਜ਼ਿਆਦਾ ਹੁੰਦਾ। ਅਤੇ ਅਖਬਾਰ ਦੀ ਪਾਲਿਸੀ ਮੁਤਾਬਕ ਸਾਨੂੰ ਮੈਂ ਬ੍ਰੈਕਟਾਂ ਵਿੱਚ ਰਹਿਣਾ ਪੈਂਦਾ ਥੋੜ੍ਹਾ ਜਿਹਾ। ਅਤੇ ਜਿਹੜੇ ਅਖਬਾਰ ਦੀ ਹੁਣ ਟ੍ਰਿਬਿਊਨ ਆ ਉਹਦਾ ਮਿਆਰ ਬਹੁਤ ਉੱਚਾ, ਅਤੇ ਉਹ ਆਵਾਗਮਨ ਖਬਰ ਨਹੀਂ ਛਾਪਦਾ, ਛਿੱਕੇ ਬੰਦ ਖਬਰ ਲਾਉਂਦਾ, ਅਤੇ ਉਹੋ ਜਿਹਾ ਲਿਖਣਾ ਪੈਂਦਾ ਸੋਚ ਕੇ। ਤੁਹਾਡੀਆਂ ਕਿਤਾਬਾਂ ਬਾਰੇ ਵੀ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ, ਤੁਸੀਂ ਆਪਣੀ ਪਹਿਲੀ ਕਿਤਾਬ ਤੋਂ ਲੈ ਕੇ ਹੁਣ ਤੱਕ ਦਾ ਜੋ ਸਫ਼ਰ ਤੈਅ ਕੀਤਾ ਉਹਨਾਂ ਬਾਰੇ ਜਾਣਨਾ ਪਊ। ਪਹਿਲੀ ਕਿਤਾਬ ਮੇਰੀ ਸੂਰਜ ਉਦਾਸ ਹੈ ਜੀ, ਅਤੇ ਉਹ ਮੇਰੀਆਂ ਪਿਛਲੀਆਂ ਕਿਤਾਬਾਂ ਦਾ ਸੰਗ੍ਰਹਿ ਆ ਜੀ। ਦੂਜੀ ਕਿਤਾਬ ਹੂਕ ਘੁੱਗੇ ਦਰਦ ਦੀ ਜੀ, ਅਤੇ ਉਹ ਮੇਰੀ ਜ਼ਿੰਦਗੀ ਨਾਲ ਸੰਬੰਧਿਤ ਆ। ਅਤੇ ਤੀਜੀ ਕਿਤਾਬ ਇੱਕ ਲੰਬਾ ਖਤ ਲਿਖੀ, ਉਹ ਵੱਖ ਵੱਖ ਘਟਨਾਵਾਂ ਜਿਵੇਂ ਹੋਈਆਂ ਉਹਨਾਂ ਦਾ ਸੰਗ੍ਰਹਿ ਆ, ਜਿਵੇਂ ਜਿਹਨਾਂ ਤੋਂ ਮੈਂ ਪ੍ਰਭਾਵਿਤ ਹੋਇਆ ਮੈਂ ਲਿਖਦਾ ਰਿਹਾ। ਅਤੇ ਜ਼ਿਆਦਾ ਸਮਾਜਿਕ ਤੌਰ 'ਤੇ ਮੈਂ ਸਮਾਜ ਦੀਆਂ ਗੱਲਾਂ ਲਿਖਦਾ, ਕਿਸੇ ਇਸ਼ਕ ਬੁਸ਼ਕ ਦੀਆਂ ਇੰਨੀਆਂ ਗੱਲਾਂ ਨਹੀਂ ਲਿਖਦਾ। ਉਹ ਵੀ ਜਿਹੜਾ ਮੇਰੇ ਨਾਲ ਬੀਤਿਆ ਅਤੇ ਇਸ਼ਕ ਦਾ, ਅਤੇ ਇਸ਼ਕ ਜਿਹਨੂੰ ਲੋਕ ਹੋਰ ਕਹਿੰਦੇ ਆ, ਮੈਂ ਇਸ਼ਕ ਨੂੰ ਸ਼ਕਤੀ ਮੰਨਦਾ, ਪਿਆਰ ਨੂੰ ਸ਼ਕਤੀ ਮੰਨਦਾ, ਅਤੇ ਸੱਚਾ ਸੁੱਚਾ ਪਿਆਰ, ਅਤੇ ਉਹਨੂੰ ਮੈਂ ਕਿਸੇ ਚੀਜ਼ ਦੀ ਲੱਗ ਬਾਤਰ ਨਹੀਂ ਉਹਨੂੰ ਲੱਗਦੀ, ਉਹ ਨਿਰੋਲ ਸੱਚ ਕੌੜਾ ਸੱਚ। ਤੁਸੀਂ ਕਵਿਤਾ ਤੋਂ ਨਾਵਲ ਵੱਲ ਤੁਰੇ, ਇਹਨਾਂ ਦੋਹਾਂ ਵਿਧਾਵਾਂ ਵਿੱਚ ਤੁਹਾਨੂੰ ਕਿਹਨੇ ਜ਼ਿਆਦਾ ਸਫਲਤਾ ਦਿੱਤੀ ਜਾਂ ਕਿਹਨੇ ਜ਼ਿਆਦਾ ਤੁਹਾਨੂੰ ਸੰਤੁਸ਼ਟੀ ਦਿੱਤੀ? ਸੰਤੁਸ਼ਟੀ ਤਾਂ ਹੁਣ ਬੰਦੇ ਨੂੰ ਹੁੰਦੇ ਨਹੀਂ ਜੀ, ਹੁਣ ਵੀ ਹਾਲੇ ਸੰਤੁਸ਼ਟੀ ਹੋਈ, ਲੇਕਿਨ ਥੋੜ੍ਹਾ ਜਿਹਾ ਸਕੂਨ ਮਿਲਿਆ ਮੈਨੂੰ ਨਾਵਲ ਲਿਖ ਕੇ। ਹਾਂਜੀ, ਮੈਂ ਜਿਹੜੀ ਇਹ ਗੱਲ ਗੁੱਪ ਘੁਆਟ ਕੱਢਣਾ ਸੀ, ਗੱਲ ਕਹਿਣੀ ਸੀ, ਉਹ ਮੇਰੇ ਅੰਦਰ ਲੁਕੀ ਹੋਈ ਸੀ, ਉਹ ਨਾਵਲ ਰਾਹੀਂ ਕਹਿ ਸਕਿਆ, ਮੈਂ ਕਵਿਤਾ ਰਾਹੀਂ ਨਹੀਂ ਕਹੀ ਜਾ ਸਕਦੀ ਸੀ। ਠੀਕ ਹੈ, ਤੁਹਾਡੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹਾਂ, ਕੋਈ ਅਜਿਹਾ ਪਲ ਜਿਹਨੇ ਤੁਹਾਨੂੰ ਬੜਾ ਹੀ ਬੇਚੈਨ ਕੀਤਾ ਹੋਵੇ ਜਾਂ ਬਹੁਤ ਦੁੱਖ ਭਰੇ ਪਲ ਹੋਵੇ, ਉਹ ਸਾਂਝੇ ਕਰੋ। ਜਦੋਂ ਮੈਂ ਦੂਜੀ 'ਚ ਪੜ੍ਹਦਾ ਸੀ ਉਦੋਂ ਰੈੱਡ ਕਰਾਸ ਦਾ ਇੱਕ ਡੱਬਰ ਪੈਸਾ ਹੁੰਦਾ ਸੀ ਜੀ, ਵੱਡਾ ਸਾਰਾ, ਅਤੇ ਅੰਗਰੇਜ਼ ਦਾ ਰਾਜ ਸੀ ਉਹਨਾਂ ਵੇਲਿਆਂ 'ਚ, ਮੈਨੂੰ ਘਰੋਂ ਡੱਬਰ ਪੈਸੇ ਨੂੰ ਰੋਣਾ ਕਰਾਉਣਾ ਪਿਆ। ਮੇਰੀ ਮਾਂ ਕੋਲ ਡੱਬਰ ਪੈਸਾ ਨਹੀਂ ਸੀ, ਜੋ ਪੈਸੇ ਸਾਡੇ ਘਰ ਆਏ, ਖੇਤੀਬਾੜੀ ਕਰਦੇ ਸੀ ਮੇਰੇ ਪਿਤਾ ਜੀ, ਅਤੇ ਜੋ ਚੱਕ ਕੇ ਟੁਕੜੇ ਸਾਰੇ ਉਹਨੇ ਦੇਖਤੇ, ਮੈਂ ਹੱਟੀ ਲੈ ਗਿਆ, ਹੱਟੀ ਦੇ ਬਾਣੀਆਂ ਨੇ ਇੱਕ ਪੈਸਾ ਦੇ ਕੀਤੇ, ਅਤੇ ਮੈਂ ਬਹੁਤ ਮਾਯੂਸ ਹੋਇਆ। ਮੈਂ ਗਿਆ ਨਾ ਸਕੂਲ, ਉੱਦਣ ਡੱਬਰ ਪੈਸਾ ਮੈਂ ਮਾਂ ਨੂੰ ਦੇ ਦਿੱਤਾ, ਇਹ ਤੂੰ ਰੱਖ ਲਾ, ਉਹ ਕਹਿੰਦੀ ਨਹੀਂ ਪੁੱਤ ਤੇਰੇ ਵਾਸਤੇ ਆ, ਤੈਨੂੰ ਪੜ੍ਹਾਉਣਾ ਜ਼ਰੂਰੀ ਆ। ਅਤੇ ਰੈੱਡ ਕਰਾਸ ਦਿੱਤਾ, ਫਿਰ ਮੈਨੂੰ ਕਿਤਾ ਕਲਾਸ ਵਿੱਚ ਬਿਠਾ ਲਿਆ। ਇੱਕ ਮਾਸਟਰ ਹੈਰੀਸ ਹੁੰਦਾ ਸੀ,
ਭੂਮੀ ਮੋਹ ਨੇ ਮੇਰੀ ਬੜੀ ਮਦਦ ਕੀਤੀ। ਉਹਨੇ ਮੇਰੇ ਅੰਦਰ ਪਤਾ ਨਹੀਂ ਕੀ ਦੇਖਿਆ, ਉਹ ਮੀਆਂ ਬੀਵੀ ਉੱਥੇ ਪੜ੍ਹਾਉਂਦੇ ਹੋਏ ਸੀ ਦੋਨੋਂ ਜਾਣੇ, ਅਤੇ ਉਹਨੇ ਮੈਨੂੰ ਬਹੁਤ ਮਦਦ ਕੀਤੀ, ਹਲਾਸ਼ੇਰੀ ਦਿੱਤੀ। ਇੱਕ ਵਾਰ ਮੈਂ ਤੀਜੀ ਜਮਾਤ ਵਿੱਚੋਂ ਪੜ੍ਹਨ ਉੱਠ ਗਿਆ ਅਤੇ ਸਕੂਲ ਨਾ ਗਿਆ ਮਹੀਨਾ ਸਾਰਾ, ਅਤੇ ਇੱਕ ਖੂਹੀ ਹੁੰਦੀ ਸੀ ਸਾਡੇ ਬਾਰ ਬਾਰ ਜਿੱਥੇ ਸਾਰੇ ਨਹਾਉਂਦੇ ਹੁੰਦੇ ਸੀ, ਨਲਕੇ ਨੋਕੇ ਉਦੋਂ ਨਹੀਂ ਸੀ ਲੱਗੇ ਹੋਏ, ਅਤੇ ਖੂਹੀ ਕਿਸੇ ਤਗੜੇ ਘਰ ਹੁੰਦੀ ਸੀ ਅਤੇ ਡੋਲ ਨਾਲ ਡੋਲ ਖੇਡਦੇ ਹੁੰਦੇ ਸੀ, ਨਹੀਂ ਤਾਂ ਬਸ ਉਹ ਸਾਂਝੀ ਖੂਹੀ 'ਤੇ ਨਹਾਉਂਦੇ ਹੁੰਦੇ ਸੀ। ਕੁੰਡਾਂ ਬਣੀਆਂ ਸੀ ਹਲਟੀ ਗੇਟ ਦੇ ਵੀ, ਗਰਦਨ ਬਣੀ ਹੋਈ ਸੀ, ਅਤੇ ਨਹਾਉਣ ਆਇਆ ਮਾਸਟਰ, ਅਤੇ ਮੈਂ ਉਹਨੂੰ ਦੇਖ ਕੇ ਦੂਰੋਂ ਹੀ ਦੇਖ ਲਿਆ, ਮੈਂ ਦੋ ਦੋ ਗੇੜ ਕੇ ਕੁੰਡ ਭਰ ਦਿੱਤੀ। ਮੈਂ ਕਿਹਾ ਤੁਸੀਂ ਨਾ ਰਹੋ, ਮੈਂ ਕੁੰਡ ਭਰੀ ਆ। ਉਹ ਕਹਿੰਦਾ ਮੈਂ ਤਾਂ ਨਹੀਂ ਹੁਣ ਤੇਰੀ ਕੋਈ ਗੇੜਾ ਹੈਗਾ। ਮੈਂ ਕਿਉਂ? ਕਹਿੰਦਾ ਤੂੰ ਪੜ੍ਹ ਨਹੀਂ ਆਉਂਦਾ। ਕਹਿੰਦਾ ਵਾਅਦਾ ਕਰ, ਨਹੀਂ ਮੈਂ ਸਵੇਰੇ ਪੜ੍ਹਨ ਆਊਂਗਾ। ਅਤੇ ਮੈਂ ਫਿਰ ਲਾ ਲੈਂਦਾ, ਤੇਰੇ ਪਾਣੀ ਨਾਲ ਮੈਂ ਨਹੀਂ ਨਾ ਆਉਂਦਾ, ਮੈਂ ਕੁੰਡ ਦੂੰ, ਮੈਂ ਆਪ ਭਰ ਦੂੰਗਾ। ਅਤੇ ਟੀਚਰ ਸੀ ਉਹ, ਅਤੇ ਉਹ ਬੜੀ ਇੱਜ਼ਤ ਕਰਦੇ ਹੁੰਦੇ ਸੀ। ਮੈਂ ਕਿਹਾ ਜੀ ਵਾਅਦਾ ਕਰਦਾ ਕਰ, ਸਵੇਰ ਨੂੰ ਆ ਜਾਵਾਂਗਾ। ਸਵੇਰ ਨੂੰ ਮੈਂ ਗਿਆ ਪੜ੍ਹਨ, ਉਹ ਸਵਾਲ ਪਾਇਆ, ਮੈਂ ਸਾਰਿਆਂ ਨੂੰ ਪਹਿਲਾਂ ਖੜ੍ਹਤਾ, ਅਤੇ ਉਹਨੇ ਆਪਦੇ ਘਰ ਵਾਲੀ ਨੂੰ ਕੋਲ ਲੈ ਗਿਆ ਮੈਨੂੰ। ਕਹਿੰਦਾ ਦੇਖ ਭਗਵਾਨ ਕੋਰੇ, ਮੁੰਡੇ ਨੇ ਤਿੰਨ ਮਹੀਨਾ ਘਰ ਬੈਠਾ ਰਿਹਾ, ਹੁਣ ਸਵਾਲ ਪਹਿਲਾਂ ਸਾਰਿਆਂ ਨੂੰ ਕੱਟਤਾ, ਮੈਨੂੰ ਹਲਾਸ਼ੇਰੀ ਦਿੱਤੀ, ਥਾਪੀ ਦਿੱਤੀ। ਪਰਵਾਨਾ ਸਾਹਿਬ, ਹੁਣ ਛੋਟੇ ਛੋਟੇ ਸਵਾਲ ਨੇ ਕੁਛ, ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਖਾਣ ਪੀਣ ਦਾ ਸ਼ੌਂਕ ਹੁੰਦਾ ਹੈ, ਤੁਹਾਨੂੰ ਕਿਹੜਾ ਫਲ ਸਭ ਤੋਂ ਜ਼ਿਆਦਾ ਪਸੰਦ ਆ? ਫਲ? ਹਾਂਜੀ, ਫਲ ਪਹਿਲਾਂ ਤਾਂ ਮੈਂ ਸਾਰੇ ਖਾ ਜਾਂਦਾ ਸੀ ਜੀ ਜਵਾਨੀ ਵਿੱਚ, ਹੁਣ ਪੋਲੀ ਚੀਜ਼ ਕੇਲੇ ਵਰਗੇ ਖਾ ਸਕਦਾ, ਹੋਰ ਕੋਈ ਪੋਲਾ ਫਲ ਜਿਹੜਾ ਹੋਵੇ ਖਾ ਸਕਦਾ, ਅਤੇ ਕੋਈ ਜ਼ਰੂਰੀ ਨਹੀਂ ਵੀ ਆਹੀ ਫਲ ਖਾਣਾ, ਮੇਰੀ ਖਾਸ ਚੋਇਸ ਨਹੀਂ, ਜਿਹੜਾ ਫਲ ਚੰਗਾ ਲੱਗੇ ਮੈਂ ਖਾ ਲੈਂਦਾ। ਅਤੇ ਜਿਵੇਂ ਕਿ ਸਾਹਿਤਕਾਰ ਸੰਗੀਤ ਨਾਲ ਜੁੜੇ ਹੁੰਦੇ ਆ, ਤੁਹਾਨੂੰ ਕਿਹੜਾ ਅਜੋਕਾ ਗਾਇਕ ਆ ਜਿਹੜਾ ਪਸੰਦ ਬਹੁਤ ਆ? ਆਪਾਂ ਆਪਣੇ ਦੇਸ਼ੀ ਕੌਮ ਤੋਂ ਸਾਰੇ ਚੰਗਾ ਲਿਖਦੇ ਨੇ ਜੀ, ਲੇਕਿਨ ਜਿਹੜਾ ਸੱਚ ਲਿਖੇ ਸਮਾਜ ਦਾ, ਉਹਦੇ ਵਿੱਚ ਕਲਾ ਦਾ ਕਲਾ ਵੀ ਹੋਵੇ, ਤੋ ਲਫ਼ਜ਼ਾਂ ਦੀ ਜੜਤ ਵੀ ਚੰਗੀ ਹੋਵੇ, ਅਤੇ ਅਨੁਭਵੀ ਹੋਵੇ ਜੀ, ਅਤੇ ਉਹੀ ਚੰਗਾ ਕਵੀ ਹੁੰਦਾ ਜਿਹੜਾ ਜਿਹਨੂੰ ਸਮਾਜ ਵਿੱਚ ਪ੍ਰਵਾਨ ਚੜਿਆ ਹੋਵੇ। ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਗੁਰਦਿਆਲ ਸਿੰਘ ਤੋਂ ਪਰਵਾਨਾ ਪੜੈਣ ਕਿਵੇਂ ਬਣੀ? ਉਦੋਂ ਪਰਵਾਨਾ ਉਰਦੂ ਦੇ ਕਵਿਤਾ ਚੱਲਦੇ ਸੀ ਜੀ, ਪਰਵਾਨਾ ਕੁਰਬਾਨੀ ਦਾ ਪ੍ਰਤੀਕ ਸੀ, ਛਮਾਂ 'ਤੇ ਕੁਰਬਾਨ ਹੁੰਦਾ ਸੀ ਜੀ, ਜਿਹੜੇ ਪਕਸ਼ ਉਹਨਾਂ ਦੀ ਲਹਿਰ ਚੱਲਦੀ ਹੁੰਦੀ ਸੀ ਉਦੋਂ ਜੀ, ਜਿਹੜੇ ਉੱਥੋਂ ਉਹਨਾਂ ਨੂੰ ਪਕਸ਼ ਦੇ ਲਈ ਆਜ਼ਾਦੀ ਦੇ ਪਰਵਾਨੇ ਕਹਿੰਦੇ ਸੀ, ਕਾਫੀ ਜ਼ਿੰਦਗੀਆਂ ਕੁਰਬਾਨ ਕਰਕੇ, ਅਤੇ ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਸਮਝਦੇ ਪਰਵਾਨਾ ਪੜ੍ਹਿਆ।
ਤੇ ਪੜੈਣ ਜਿਹੜਾ ਤੁਸੀਂ ਆਪਣੇ ਪਿੰਡ ਦੇ ਨਾਂ ਪਿੰਡ ਦੇ ਨਾਂ ਠੀਕ ਹੈ ਜੀ ਆਪਦੀ ਪਛਾਣ ਰੱਖਣ ਲਈ ਠੀਕ ਹੈ ਕਿਉਂਕਿ ਪਰਵਾਨਾ ਤਾਂ ਕਈਆਂ ਦਾ ਖਾਲਸ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਅਤੇ ਕੋਈ ਅਜਿਹਾ ਵੀ ਹੁੰਦਾ ਕਦੇ ਕਦੇ ਕਿ ਅਸੀਂ ਸਾਹਿਤਕਾਰ ਨੂੰ ਬੜਾ ਖੁਸ਼ ਮਿਜਾਜ਼ ਸਮਝਦੇ ਹਾਂ ਉਹ ਬਹੁਤ ਖੁਸ਼ ਹੈ ਮੈਂ ਤੁਹਾਡੀ ਕਿਤਾਬ ਦਾ ਸਿਰਲੇਖ ਦੇਖਿਆ ਸੂਰਜ ਉਦਾਸ ਹੈ ਤਾਂ ਇੱਥੇ ਸਾਹਿਤਕਾਰ ਉਦਾਸ ਕਿਉਂ ਨਜ਼ਰ ਆ ਰਿਹਾ ਇੱਕ ਲਹਿਰ ਚੱਲੀ ਸੀ ਨੈਕਸਟ ਲਾਈਟ ਦੀ ਹਾਂਜੀ ਉਹ ਨੈਕਸਟ ਲਾਈਟ ਪਹਿਲਾਂ ਸੀ ਪੀ ਆਈ ਹੁੰਦੀ ਸੀ ਕਮਿਊਨਿਸਟ ਪਾਰਟੀ ਆਫ ਇੰਡੀਆ ਉਹ ਤੋਂ ਨਿਕਲ ਕੇ ਦੋ ਬਣ ਗਈਆਂ 64 ਵਿੱਚ ਜਦੋਂ ਚਾਈਨਾ ਦੀ ਲੜਾਈ ਹੋਈ ਉਹਨਾਂ ਦੇ ਆਪੋ ਵਿੱਚ ਮਤਭੇਦ ਹੋ ਗਏ ਕੁਛ ਕਹਿੰਦੇ ਸੋਸ਼ਲਿਸਟ ਮੁਲਕ ਹਮਲਾਵਰ ਨਹੀਂ ਹੋ ਸਕਦਾ ਜਿਹੜੇ ਕਹਿੰਦੇ ਸੀ ਹਮਲਾਵਰ ਨਹੀਂ ਹੋ ਸਕਦਾ ਉਹ ਅਲੱਗ ਹੋ ਗਏ ਜਿਹੜੇ ਕਹਿੰਦੇ ਸੀ ਹਮਲਾਵਰ ਆ ਚਾਈਨਾ ਅਤੇ ਉਹ ਸੀ ਪੀ ਆਈ ਰਹਿ ਗਈ ਉਹ ਸੀ ਪੀ ਐੱਮ ਬਣ ਗਿਆ ਜਿਹੜੇ ਅਲੱਗ ਕਹਿੰਦੇ ਸੀ ਫਿਰ ਸਮਾਜਿਕ ਹਾਲਾਤ ਇਹੋ ਜਿਹੇ ਸੀ ਜਿਹੜੇ ਬੰਦੇ ਇਨਕਲਾਬ ਛੇਤੀ ਚਾਹੁੰਦੇ ਸੀ ਉਹ ਹਥਿਆਰਬੰਦ ਇਨਕਲਾਬ ਸ਼ੁਰੂ ਕੀਤਾ ਕਲਾਸ ਸਟਰਗਲ ਅਤੇ 71 ਤੋਂ 73 ਤੱਕ 72 ਤੱਕ ਚੱਲਦਾ ਰਿਹਾ ਅਤੇ ਕਈ ਜਵਾਨ ਮੁੰਡੇ ਛਾਂਟਵੇਂ ਮਾਰੇ ਗਏ ਬੁੱਧੀਜੀਵੀ ਅਤੇ ਕਈ ਨੌਜਵਾਨ ਮਾਰੇ ਗਏ ਬੜਾ ਘਾਣ ਹੋਇਆ ਜਵਾਨੀ ਦਾ ਅਤੇ ਹਕੂਮਤਾਂ ਨੂੰ ਕੋਈ ਹਕੂਮਤਾਂ ਨੂੰ ਆਪਣੀ ਕੁਰਸੀ ਨਾਲ ਹੁੰਦਾ ਅਤੇ ਹਾਲਾਤ ਨਾਲ ਨਹੀਂ ਹੁੰਦਾ ਅਤੇ ਉਦੋਂ ਲਹਿਰ ਮਰ ਗਈ ਕਿਉਂਕਿ ਲੋਕਾਂ ਵਿੱਚ ਨਹੀਂ ਜਾ ਸਕੇ ਉਹ ਅਤੇ ਆਪ ਰਹਿ ਕੇ ਹਥਿਆਰਬੰਦ ਲੋਕ ਕਿਸੇ ਦੇ ਘਰ ਜਾਣਾ ਸ਼ੈਲਟਰ ਲੈ ਲੈਣੀ ਪਨਾਹ ਲੈ ਲੈਣੀ ਕਿਸੇ ਦੇ ਘਰ ਜਾਣਾ ਪਨਾਹ ਲੈ ਲੈਣੀ ਅਤੇ ਇਸ ਤਰ੍ਹਾਂ ਜੰਗਲਾਂ 'ਚ ਲੋਕ ਚੁੱਪ ਕੇ ਉਹਨਾਂ ਨੇ ਲਹਿਰ ਚਲਾਈ ਜਿੰਨਾ ਚਿਰ ਲੋਕਾਂ ਵਿੱਚ ਗਏ ਹੀ ਨਹੀਂ ਹੈ ਜਾਣ ਦੇ ਲੋਕ ਤਿਆਰ ਹੀ ਨਹੀਂ ਸੀ ਹਥਿਆਰਬੰਦ ਬਗਾਵਤ ਲਈ ਅਤੇ ਹਥਿਆਰਬੰਦ ਬਗਾਵਤ ਹੁੰਦੀ ਆ ਜਦੋਂ ਲੋਕ ਤਿਆਰ ਹੋਣ ਪੂਰੇ ਅਤੇ ਉਦੋਂ ਜਿਵੇਂ ਰਸ਼ੀਆ 'ਚ ਹੋਇਆ ਸ਼ਾਂਤੀ ਮਜ਼ਦੂਰਾਂ ਨੇ ਕੀਤਾ ਜਿਵੇਂ ਚਾਈਨਾ ਦੇ ਵਿੱਚ ਹੋਇਆ ਮਜ਼ਦੂਰਾਂ ਨੇ ਕਿਸਾਨਾਂ ਨੇ ਕੀਤਾ ਅਤੇ ਇਸ ਤਰ੍ਹਾਂ ਦੇ ਉਹ ਤਿਆਰ ਸੀ ਅਤੇ ਹਾਲਾਤ ਪੱਕੇ ਸੀ ਅਤੇ ਇਹਨਾਂ ਨੇ ਨਹੀਂ ਸੰਭਾਲ ਸਕੇ ਅਤੇ ਮਾਯੂਸ ਹੋ ਗਏ ਆਕਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸੂਰਜਦਾਸ ਹੈ ਲਿਖਿਆ ਠੀਕ ਹੈ ਪ੍ਰਵਨਾ ਸਾਹਿਬ ਅਜੋਕੇ ਸਾਹਿਤਕਾਰ ਅਤੇ ਜੋ ਤੁਹਾਡੇ ਸਮੇਂ ਦੇ ਪੁਰਾਣੇ ਸਾਹਿਤਕਾਰ ਨੇ ਉਹਨਾਂ ਵਿੱਚ ਕੀ ਤੁਹਾਨੂੰ ਵੱਖਰਤਾ ਲੱਗਦੀ ਆ ਜਾਂ ਕੀ ਹੁਣ ਜਿਹੜਾ ਫਰਕ ਮਹਿਸੂਸ ਕਰਦੇ ਹੋ ਉਸ ਵਿੱਚ ਸੱਚ ਤਾਂ ਸੱਚ ਹੀ ਰਹਿੰਦਾ ਦੁਨੀਆਂ 'ਤੇ ਚਾਹੇ ਪੁਰਾਣਾ ਜ਼ਮਾਨਾ ਹੋਵੇ ਚਾਹੇ ਹੁਣ ਦਾ ਜ਼ਮਾਨਾ ਹੋਵੇ ਲੇਕਿਨ ਥੋੜ੍ਹਾ ਜਿਹਾ ਸ਼ੈਲੀ 'ਚ ਜਿਵੇਂ ਨੌਜਵਾਨ ਪੀੜ੍ਹੀ ਆ ਮੋਬਾਈਲ ਆ ਗਏ ਟੀ ਵੀ ਆ ਗਿਆ ਟੀ ਵੀ ਕਲਚਰ ਅਤੇ ਹੋਰ ਅਖਬਾਰਾਂ ਚੱਲ ਪਈਆਂ ਅਤੇ ਨੌਜਵਾਨ ਨੂੰ ਕਿਤਾਬ ਸੱਭਿਆਚਾਰ ਨੂੰ ਛੱਡ ਗਏ ਅਤੇ ਟੀ ਵੀ ਨੂੰ ਅਪਣਾ ਲਿਆ ਟੀ ਵੀ ਛੱਡ ਕੇ ਮੋਬਾਈਲ ਸਾਰੇ ਦਿਨ ਲੱਗੇ ਰਹਿੰਦੇ ਆ ਕੋਰਸ ਦੀ ਕਿਤਾਬ ਵੀ ਪੜ੍ਹ ਕੇ ਰਾਜੀ ਨਹੀਂ ਮੋਬਾਈਲ ਤੋਂ ਕਾਲਜ ਵਿੱਚ ਵੀ ਤਾਂ ਮੋਬਾਈਲ ਤੋਂ ਕੱਢ ਲੈਂਦੇ ਸਾਰੀ ਚੀਜ਼ ਨੈੱਟ ਤੋਂ ਕੱਢ ਲੈਂਦੇ ਆ ਅਤੇ ਇਸ ਲਈ ਨਵੀਂ ਪੀੜ੍ਹੀ
ਥੋੜ੍ਹਾ ਜਿਹਾ ਨਵੀਂ ਪੀੜ੍ਹੀ ਵਿੱਚ ਇੱਕ ਹੋਰ ਖੜੋਤ ਆ ਗਈ ਆ, ਵਰਕ ਕਲਚਰ ਖਤਮ ਹੋ ਗਿਆ। ਅਤੇ ਵਰਕ ਕਲਚਰ ਖਤਮ ਹੋ ਗਿਆ, ਫਿਰ ਵਿਹਲੇ ਹੋ ਗਏ। ਕਿਸਾਨੀ ਵਿੱਚ ਹੁਣ ਇਹੋ ਆ, ਕਿਸਾਨ ਦਾ ਭਈਏ ਬਿਹਾਰ ਤੋਂ, ਯੂਪੀ ਤੋਂ, ਬੰਗਾਲ ਤੋਂ ਕੰਮ ਕਰਦੇ ਆ ਸਾਡੇ, ਪੱਠੇ ਪੜ੍ਹਦਾ ਹੁੰਦਾ ਭਈਆ, ਨਾਲ ਬੈਠਾ ਜੱਟ ਦਾ ਪੁੱਤ ਮੋਬਾਈਲ ਫੜੀ ਬੈਠਾ। ਜੇ ਉਹ ਨਾਲ ਲੱਗ ਜੇ, ਉਹਨੂੰ ਪਤਾ ਲੱਗੇ, ਕਿਰਤ ਦੀ ਸਮਝ ਆਵੇ, ਕਿਰਤ ਦੀ ਕੀਮਤ ਪਤਾ ਲੱਗੇ, ਅਤੇ ਕੰਮ ਵੀ ਨਿਬੜ ਜੇ ਅੱਧੇ ਟਾਈਮ ਵਿੱਚ, ਅਤੇ ਅਸੀਂ ਕਿਸੇ ਦੇ ਭਈਆਂ ਦੇ ਅਧੀਨ ਨਾ ਹੋਈਏ, ਅਸੀਂ ਆਪਣਾ ਕੰਮ ਆਪ ਕਰੀਏ। ਸਾਨੂੰ ਖੇਤੀ ਵਾਲੇ ਨੂੰ, ਜਿਨ੍ਹਾਂ ਦੀ ਚੰਗੀ ਖੇਤੀ ਚੱਲਦੀ ਆ, ਉਹਨੂੰ ਰੁਜ਼ਗਾਰ ਦੀ ਲੋੜ ਹੀ ਨਹੀਂ ਹੈ। ਐਡੂ ਵੱਡਾ ਰੁਜ਼ਗਾਰ ਕੀ ਆ? ਅਤੇ ਇਸ ਖੇਤੀ ਵਿੱਚ ਢੰਗ ਬਦਲਦੇ ਰਹਿੰਦੇ ਆ, ਨਵੀਂ ਟੈਕਨੀਕ ਆਉਂਦੀ ਹੈ ਨਹੀਂ, ਉਹ ਅਪਣਾਈ ਜਾਵੇ ਬੰਦਾ। ਜੇ ਪੜ੍ਹਿਆ ਲਿਖਿਆ ਵੀ ਖੇਤੀਬਾੜੀ, ਹੁਣ ਤਾਂ ਪੜ੍ਹੇ ਲਿਖੇ ਦੀ ਹੋ ਗਈ ਆ, ਪਹਿਲਾਂ ਤਾਂ ਅਨਪੜ੍ਹ ਵੀ ਕਰ ਲੈਂਦੇ ਸੀ, ਅਤੇ ਹੌਲੀ ਹੌਲੀ ਤੇਜ਼ ਹੋ ਜਾਂਦਾ ਹੁੰਦਾ। ਲਿਟਰੇਚਰ ਵੀ ਬਹੁਤ ਛੁੱਪ ਗਿਆ ਕਿਸਾਨੀ 'ਤੇ, ਖਿੱਤੇ 'ਤੇ, ਖੇਤੀਬਾੜੀ 'ਤੇ। ਤੁਸੀਂ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਸਮਾਜ ਦੇ ਨਾਂ? ਕੋਈ ਸੁਨੇਹਾ? ਸੁਨੇਹਾ ਮੈਂ ਜਿੰਨਾ ਦੇਣਾ ਚਾਹੁੰਦਾ, ਜਿਹੜੇ ਲੈਕਚਰ ਗੀਤ ਆ, ਜਿਹੜੇ ਟੀ ਵੀ ਕਲਚਰ ਆ, ਫਿਲਮਾਂ ਬਣਦੀਆਂ, ਜਿਹੜੇ ਨਾਟਕ ਦਿਖਾਏ ਜਾਂਦੇ ਆ ਰਾਤ ਨੂੰ, ਉਹ ਸਮਾਜ ਲਈ ਬਹੁਤ ਖਤਰਨਾਕ ਆ। ਉਹਨਾਂ ਤੋਂ ਨੌਜਵਾਨਾਂ ਨੂੰ ਬਚਣਾ ਚਾਹੀਦਾ, ਚੰਗੀਆਂ ਕਦਰਾਂ ਕੀਮਤਾਂ ਅਪਣਾਉਣੀਆਂ ਚਾਹੀਦੀਆਂ, ਤਾਂ ਕਿ ਸਮਾਜ ਸਿਹਤਮੰਦ ਹੋਵੇ। ਫਰਵਾਨਾ ਸਾਹਿਬ, ਜ਼ਿੰਦਗੀ ਦੇ ਵਹਾਅ ਦੇ ਨਾਲ ਨਾਲ ਸਾਨੂੰ ਆਪਣੇ ਆਪਣੇ ਖਿਆਲਾਤਾਂ ਵਿੱਚ ਕਾਫੀ ਬਦਲਾਅ ਮਹਿਸੂਸ ਹੁੰਦਾ। ਤੁਸੀਂ ਸਾਡੇ ਹੰਢੇ ਹੋਏ ਸਾਹਿਤਕਾਰ ਹੋ, ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਬਹੁਤ ਹੀ ਗਿਆਨ ਮਿਲਿਆ ਹੋਊਗਾ, ਤੁਸੀਂ ਵਕਤ ਦਿੱਤਾ। ਤੁਹਾਡਾ ਬਹੁਤ ਧੰਨਵਾਦ ਮੇਰੇ ਵੱਲੋਂ, ਸ਼ੁਕਰੀਆ। ਦਰਸ਼ਕੋ, ਇਹ ਸਨ ਫਰਵਾਨਾ ਪੜੈਨ ਜੀ, ਜਿਨ੍ਹਾਂ ਨੇ ਸੂਰਜ ਉਦਾਸ ਹੈ ਤੋਂ ਖੰਡਰਾਂ ਦੇ ਵਿਰਲਾਪ ਤੱਕ ਸਾਹਿਤਕਾਰੀ ਦਾ ਸਫ਼ਰ ਅਤੇ ਸਾਨੂੰ ਸਾਹਿਤ ਦਿੱਤਾ। ਇਹਨਾਂ ਨੇ ਸੂਰਜ ਉਦਾਸ ਹੈ ਤੋਂ ਕਵਿਤਾ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ, ਕਵਿਤਾ ਦੀਆਂ ਚਾਰ ਕਿਤਾਬਾਂ, ਫਿਰ ਸਿਦਕ ਜਿਨ੍ਹਾਂ ਦੇ ਸਾਦਕੇ ਇਹਨਾਂ ਦਾ ਪਹਿਲਾ ਨਾਵਲ ਆਇਆ ਸੀ, ਜਿਹਦੀ ਚਰਚਾ ਵੀ ਅਖਬਾਰਾਂ ਵਿੱਚ ਕਾਫੀ ਰਹੀ, ਫਿਰ ਉਸ ਤੋਂ ਬਾਅਦ ਹੁਣ ਨਵਾਂ ਨਾਵਲ ਖੰਡਰਾਂ ਦਾ ਵਿਰਲਾਪ, ਜੋ ਇੱਕ ਅਸਲੀਅਤ ਦੇ ਉੱਤੇ ਲਿਖਿਆ ਗਿਆ ਹੈ, ਤੁਸੀਂ ਵੀ ਜ਼ਰੂਰ ਪੜ੍ਹਿਓ ਅਤੇ ਹੁਣ ਸਾਨੂੰ ਇਜਾਜ਼ਤ ਦਿਓ। ਬਹੁਤ ਬਹੁਤ ਮਿਹਰਬਾਨੀ। ਸਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਣ, ਸਜਣ ਮੇਰੇ ਰੰਗ